ਜਦੋਂ ਫੋਨ ਦੀ ਬੈਟਰੀ ਲੋ ਹੋਵੇ ਉਸ ਟਾਈਮ ਕਾਲ ਕਿਉਂ ਨਹੀਂ ਕਰਨੀ ਚਾਹੀਦੀ, ਇਸ ਦਾ ਸਾਡੀ ਸਿਹਤ ਦੇ ਉੱਪਰ ਕੀ ਅਸਰ ਪੈਂਦਾ ਹੈ, ਟੁੱਥ ਬ੍ਰਸ਼ ਨੂੰ ਕਰਨ ਤੋਂ ਪਹਿਲਾਂ ਕੀ ਬ੍ਰਸ਼ ਨੂੰ ਗਿੱਲਾ ਕਰਨਾ ਜ਼ਰੂਰੀ ਹੈ, ਬੁੱਲ ਜਾਣੀ ਕਿ ਲਿਪਸ ਦਾ ਧੁਨੀ ਦੇ ਨਾਲ ਕੀ ਸੰਬੰਧ ਹੈ, ਚਾਹ ਪਾਉਣੀ ਦੇ ਵਿੱਚ ਇਹ ਅੱਗੇ ਦਾ ਹਿੱਸਾ ਕਿਉਂ ਹੁੰਦਾ ਹੈ, ਅਜਿਹੀ ਰੋਚਕ ਤੱਕ ਚੈਨਲ ਲਈ ਜੁੜੇ ਰਹੋ, ਮੇਰੇ ਨਾਲ ਮੈਂ ਤੁਹਾਡਾ ਹੋ ਜਸਪੀ ਸਿੰਘ, ਤੁਸੀਂ ਦੇਖ ਰਹੇ ਹੋ ਜੋ ਟੀਵੀ। ਹੁਣ ਤੁਸੀਂ ਸਾਨੂੰ ਇੰਸਟਾਗ੍ਰਾਮ ਦੇ ਉੱਪਰ ਵੀ ਫੋਲੋ ਕਰ ਸਕਦੇ ਹੋ, ਉਸ ਦਾ ਲਿੰਕ ਕਮੈਂਟ ਦੇ ਵਿੱਚ ਹੈ। ਕੀ ਤੁਸੀਂ ਵੀ ਟੁੱਥ ਬ੍ਰਸ਼ ਕਰਨ ਤੋਂ ਪਹਿਲਾਂ ਬ੍ਰਸ਼ ਨੂੰ ਗਿੱਲਾ ਕਰਦੇ ਹੋ? ਜੇਕਰ ਇਸ ਦਾ ਜਵਾਬ ਹਾਂ ਹੈ ਤਾਂ ਤੁਸੀਂ ਸਿਰਫ ਇਕੱਲੇ ਨਹੀਂ, ਦੁਨੀਆ ਦੇ 90% ਲੋਕ ਅਜਿਹਾ ਕਰਦੇ ਹਨ। ਅਸੀਂ ਆਪਣੇ ਬ੍ਰਸ਼ ਨੂੰ ਪਾਣੀ ਦੇ ਨਾਲ ਗਿੱਲਾ ਕਰਨ ਤੋਂ ਬਾਅਦ ਹੀ ਉਸ ਦੇ ਉੱਪਰ ਟੁੱਥ ਪੇਸਟ ਲਗਾਉਂਦੇ ਹਾਂ। ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ, ਪਰ ਫਿਰ ਵੀ ਅਸੀਂ ਸਾਰੇ ਅਜਿਹਾ ਕਰਦੇ ਹਾਂ। ਸਿਰਫ ਦੁਨੀਆ ਦੇ ਵਿੱਚ 10% ਲੋਕ ਹੀ ਅਜਿਹੇ ਨੇ ਜਿਹੜੇ ਡਾਇਰੈਕਟ ਬ੍ਰਸ਼ ਦੇ ਉੱਪਰ ਟੁੱਥ ਪੇਸਟ ਲਗਾ ਕੇ ਬ੍ਰਸ਼ ਕਰਦੇ ਨੇ। ਦੁਨੀਆ ਦੇ ਵਿੱਚ ਸਿਰਫ 10% ਹੀ ਲੋਕ ਅਜਿਹੇ ਨੇ ਜਿਹੜੇ ਬ੍ਰਸ਼ ਨੂੰ ਗਿੱਲੇ ਕੀਤੇ ਤੋਂ ਬਿਨਾਂ ਉਸ ਦੇ ਉੱਪਰ ਟੁੱਥ ਪੇਸਟ ਲਗਾ ਕੇ ਆਪਣੇ ਦੰਦ ਸਾਫ਼ ਕਰਦੇ ਹਨ। ਪੂਰੀ ਦੁਨੀਆ ਦੇ ਵਿੱਚ ਜਿੰਨੇ ਸ਼ੇਰ ਜਾਣੀ ਕਿ ਲਾਇਨ ਮੌਜੂਦ ਨੇ, ਉਸ ਤੋਂ 2 ਗੁਣਾ ਵੱਧ ਸ਼ੇਰਾਂ ਦੇ ਬੁੱਤ ਜਾਣੀ ਕਿ ਸਟੈਚੂ ਮੌਜੂਦ ਹਨ। ਜਾਣੀ ਕਿ ਅਸਲੀ ਸ਼ੇਰ ਵੀ ਇਸ ਦੁਨੀਆ ਦੇ ਵਿੱਚ ਓਨੇ ਨਹੀਂ ਹਨ ਜਿੰਨੇ ਉਹਨਾਂ ਦੇ ਸਟੈਚੂ ਜਾਂ ਕਹੀਏ ਬੁੱਤ ਬਣੇ ਹੋਏ ਹਨ। ਤੁਸੀਂ ਹੁਣ ਕਮਾਲ ਦੀ ਇਸ ਫੋਟੋ ਨੂੰ ਦੇਖੋ। ਇਸ ਫੋਟੋ ਦੇ ਵਿੱਚ ਜਿਹੜਾ ਪੂਲ ਹੈ ਉਹ ਹੜ੍ਹ ਦੇ ਗੰਦੇ ਪਾਣੀ ਦੇ ਨਾਲ ਆਲੇ ਦੁਆਲੇ ਤੋਂ ਘਿਰਿਆ ਹੋਇਆ ਹੈ, ਪਰ ਹੜ੍ਹ ਦੇ ਗੰਦੇ ਪਾਣੀ ਦੀ ਇੱਕ ਵੀ ਬੂੰਦ ਇਸ ਪੂਲ ਦੇ ਵਿੱਚ ਨਹੀਂ ਗਈ, ਜਿਸ ਕਰਕੇ ਕਮਾਲ ਦੀ ਫੋਟੋ ਆਈ ਹੈ। ਕੀ ਤੁਹਾਨੂੰ ਪਤਾ ਹੈ ਕਿ ਜਦੋਂ ਇੱਕ ਪਾਂਡਾ ਜਨਮ ਲੈਂਦਾ ਹੈ ਉਹ ਛੋਟੇ ਚੂਹੇ ਤੋਂ ਵੀ ਛੋਟਾ ਹੁੰਦਾ ਹੈ, ਫਿਰ ਆਉਣ ਵਾਲੇ ਕੁਝ ਹੀ ਹਫ਼ਤਿਆਂ ਦੇ ਵਿੱਚ ਉਹ ਆਪਣੇ ਆਕਾਰ ਤੋਂ 3 ਗੁਣਾ ਵੱਡਾ ਹੋ ਜਾਂਦਾ ਹੈ। ਇਸ ਕੁੜੀ ਦੇ ਜਨਮ ਦਿਨ ਤੇ ਕਿੰਗ ਜੌਨ ਉਨ ਦੇ ਫੋਟੋ ਲਗਾਏ ਗਏ ਸਨ। ਇਹ ਇੱਕ ਬ੍ਰਾਜ਼ੀਲ ਦੀ ਕੁੜੀ ਹੈ ਜਿਸ ਨੂੰ ਕੋਰੀਅਨ ਪੌਪ ਬਹੁਤ ਜ਼ਿਆਦਾ ਪਸੰਦ ਸੀ, ਜਾਨੀ ਕਿ ਉਹ ਕੋਰੀਅਨ ਪੌਪ ਦੀ ਬਹੁਤ ਵੱਡੀ ਫੈਨ ਸੀ, ਪਰ ਇਸ ਦੇ ਪਿਤਾ ਨੂੰ ਸਿਰਫ ਇੰਨਾ ਹੀ ਪਤਾ ਸੀ ਕਿ ਇਸ ਦੀ ਲੜਕੀ ਨੂੰ ਕੋਰੀਅਨ ਸੰਗੀਤ ਪਸੰਦ ਹੈ, ਉਸ ਤੋਂ ਬਿਨਾਂ ਇਸ ਨੂੰ ਕੋਰੀਆ ਬਾਰੇ ਕੁਝ ਵੀ ਨਹੀਂ ਪਤਾ ਸੀ। ਜਦੋਂ ਇਸ ਲੜਕੀ ਦਾ ਜਨਮ ਦਿਨ ਆਇਆ ਤਾਂ ਇਸ ਦੇ ਪਿਤਾ ਨੇ ਸੋਚਿਆ ਕਿ ਉਹ ਇਸ ਦੇ ਜਨਮ ਦਿਨ ਤੇ ਕਿਸੇ ਕੋਰੀਅਨ ਆਰਟਿਸਟ ਦੀ ਫੋਟੋ ਲਗਾਉਣਗੇ ਜਿਸ ਨੂੰ ਦੇਖ ਕੇ ਉਹਨਾਂ ਦੀ ਬੇਟੀ ਖੁਸ਼ ਹੋ ਜਾਵੇਗੀ, ਤੇ ਜਦੋਂ ਉਸ ਨੇ ਗੂਗਲ ਤੇ ਜਾ ਕੇ ਸਰਚ ਕੀਤਾ ਮੋਸਟ ਫੇਮਸ ਕੋਰੀਅਨ ਪੀਪਲ ਤਾਂ ਉਸ ਨੂੰ ਕਿੰਗ ਜੌਂਗ ਉਨ ਦੀ ਫੋਟੋ ਮਿਲੀ, ਤੇ ਉਸ ਨੇ ਕਿੰਗ ਜੌਂਗ ਉਨ ਦੀ ਫੋਟੋ ਹੀ ਆਪਣੀ ਬੇਟੀ ਦੇ ਜਨਮ ਦਿਨ ਤੇ ਲਗਾ ਦਿੱਤੀ, ਜਦਕਿ ਉਹ ਕਿੰਗ ਜੌਂਗ ਉਨ ਬਾਰੇ ਕੁਝ ਵੀ ਨਹੀਂ ਜਾਣਦਾ ਸੀ, ਤੇ ਇਸ ਲੜਕੀ ਦੀ ਸ਼ਕਲ ਦੇਖ ਕੇ ਲੱਗਦਾ ਹੈ ਕਿ ਉਸ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਹੀਂ ਆਈ। ਇਹ ਇੱਕ ਕਾਫੀ ਕਮਾਲ ਦਾ ਫੈਕਟ ਹੈ ਕਿ ਬੁੱਲ ਜਾਣੀ ਕਿ ਲਿਪਸ ਦਾ ਧੁਨੀ ਦੇ ਨਾਲ ਕਾਫੀ ਵਧੀਆ ਕਨੈਕਸ਼ਨ ਹੁੰਦਾ ਹੈ। ਜੇਕਰ ਤੁਹਾਡੇ ਬੁੱਲ ਜਾਣੀ ਕਿ ਲਿਪਸ ਖੁਸ਼ਕ ਰਹਿੰਦੇ ਹਨ ਤਾਂ ਤੁਸੀਂ ਆਪਣੀ ਧੁਨੀ ਦੇ ਵਿੱਚ ਸਰੋਂ ਦਾ ਤੇਲ ਲਗਾਓ, ਇਸ ਤੋਂ ਬਾਅਦ ਤੁਹਾਡੇ ਬੁੱਲ ਮੁਲਾਇਮ ਹੋ ਜਾਣਗੇ ਤੇ ਬਹੁਤ ਵਧੀਆ ਦਿਖਾਈ ਦੇਣਗੇ। ਇਸ ਦਾ ਕਾਰਨ ਇਹ ਹੈ ਕਿ ਸਾਡੇ ਪੂਰੇ ਸਰੀਰ ਦੀਆਂ ਨਸਾਂ ਧੁਨੀ ਦੇ ਵਿੱਚ ਆ ਕੇ ਮਿਲਦੀਆਂ ਹਨ। ਕਲਕੱਤਾ ਦੇ ਇੱਕ 12 ਸਾਲਾਂ ਦੇ ਲੜਕੇ ਨੇ ਕਾਰਟੂਨਾਂ ਦੇ ਕਾਰਨ ਆਤਮ ਹੱਤਿਆ ਕਰ ਲਈ। ਅਸਲ ਦੇ ਵਿੱਚ ਇਸ ਬੱਚੇ ਨੇ ਦੇਖਿਆ ਸੀ ਕਿ ਜਿਹੜਾ ਕਾਰਟੂਨ ਦਾ ਮੇਨ ਕੈਰੈਕਟਰ ਹੁੰਦਾ ਹੈ ਉਹ 12ਵੀਂ ਮੰਜ਼ਿਲ ਤੋਂ ਛਾਲ ਮਾਰਦਾ ਹੈ ਤੇ ਉਸ ਨੂੰ ਇੱਕ ਐਂਜਲ ਆ ਕੇ ਬਚਾ ਲੈਂਦੀ ਹੈ। ਇਸ ਨੂੰ ਦੇਖ ਕੇ ਇਸ ਲੜਕੇ ਨੇ ਵੀ ਅਜਿਹਾ ਕੀਤਾ ਤੇ ਆਪਣੀ ਬਿਲਡਿੰਗ ਦੇ ਉੱਪਰ ਚੜ੍ਹ ਕੇ ਇਸ ਨੇ ਛਾਲ ਲਗਾ ਦਿੱਤੀ ਤੇ ਇਸ ਦੇ ਥੱਲੇ ਡਿੱਗਣ ਦੇ ਨਾਲ ਮੌਤ ਹੋ ਗਈ। ਇਹੀ ਕਾਰਨ ਹੈ ਕਿ ਫਿਲਮਾਂ ਜਾਂ ਕਾਰਟੂਨ ਨੂੰ 13+ ਜਾਂ 18+ ਬਣਾਇਆ ਜਾਂਦਾ ਹੈ। ਹੁਣ ਮੈਂ ਤੁਹਾਨੂੰ ਇੰਗਲਿਸ਼ ਦੇ ਉਹ ਸ਼ਬਦ ਦੱਸੂਗਾ ਜਿਨ੍ਹਾਂ ਨੂੰ ਅਸੀਂ ਆਮ ਜ਼ਿੰਦਗੀ ਦੇ ਵਿੱਚ ਕਾਫੀ ਗਲਤ ਬੋਲਦੇ ਹਾਂ ਤੇ ਸਾਨੂੰ ਇਸ ਦੇ ਬਾਰੇ ਪਤਾ ਵੀ ਨਹੀਂ, ਜਿਵੇਂ ਕਿ ਅਸੀਂ ਕਹਿੰਦੇ ਹਾਂ ਵੈਡਨਸ ਡੇ, ਜਦਕਿ ਵੈਡਨਸ ਨੇ ਨਹੀਂ ਵੈਂਸ ਡੇ ਹੁੰਦਾ ਹੈ, ਤੇ ਇੱਕ ਅਸੀਂ ਕਹਿੰਦੇ ਹਾਂ ਡਾਟਾ, ਜਦਕਿ ਡਾਟਾ ਨਹੀਂ ਡੇਟਾ ਹੁੰਦਾ ਹੈ। ਇਹ ਛੋਟੀਆਂ ਛੋਟੀਆਂ ਚੀਜ਼ਾਂ ਤੁਹਾਡੀ ਇੰਗਲਿਸ਼ ਨੂੰ ਕਾਫੀ ਜ਼ਿਆਦਾ ਇੰਪਰੂਵ ਕਰ ਸਕਦੀਆਂ ਹਨ। ਰਸ਼ੀਆ ਨੇ ਆਪਣੇ ਦੇਸ਼ ਦੇ ਵਿੱਚ ਕਈ ਸਾਰੀਆਂ ਐਪ ਨੂੰ ਬੈਨ ਕੀਤਾ ਹੋਇਆ ਹੈ। ਹਾਲ ਹੀ ਦੇ ਵਿੱਚ ਰਸ਼ੀਆ ਨੇ ਇੰਸਟਾਗ੍ਰਾਮ ਨੂੰ ਵੀ ਆਪਣੇ ਦੇਸ਼ ਦੇ ਵਿੱਚ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਇੰਸਟਾਗ੍ਰਾਮ ਨੂੰ ਬਹੁਤ ਜ਼ਿਆਦਾ ਘਾਟਾ ਪਿਆ, ਕਿਉਂਕਿ ਇਕੱਲੇ ਰਸ਼ੀਆ ਦੇ ਵਿੱਚ ਹੀ ਇੰਸਟਾਗ੍ਰਾਮ ਦੇ 8 ਕਰੋੜ ਯੂਜ਼ਰ ਸਨ। ਇਹ ਇੱਕ ਬਹੁਤ ਕਮਾਲ ਦਾ ਫੈਕਟ ਹੈ ਕਿ ਜਦੋਂ ਤੁਸੀਂ ਕੋਈ ਕੰਮ ਕਰਦੇ ਸਮੇਂ ਆਪਣੇ ਆਪ ਦੇ ਨਾਲ ਗੱਲਾਂ ਕਰੋਗੇ ਤਾਂ ਤੁਹਾਡਾ ਉਸ ਕੰਮ ਦੇ ਉੱਪਰ ਜ਼ਿਆਦਾ ਧਿਆਨ ਲੱਗੇਗਾ, ਜਿਵੇਂ ਕਿ ਜੇਕਰ ਤੁਸੀਂ ਪੜ੍ਹਾਈ ਕਰਦੇ ਸਮੇਂ ਆਪਣੇ ਆਪ ਨੂੰ ਸਮਝਾਓ ਜਾਂ ਫਿਰ ਇਕੱਲੇ ਪੜ੍ਹਦੇ ਸਮੇਂ ਵੀ ਆਪਣੇ ਆਪ ਨਾਲ ਗੱਲਾਂ ਕਰੋ ਤਾਂ ਉਸ ਚੀਜ਼ ਨਾਲ ਤੁਹਾਡੀ ਪੜ੍ਹਾਈ ਦੇ ਉੱਪਰ ਬਹੁਤ ਵਧੀਆ ਅਸਰ ਪਵੇਗਾ ਤੇ ਤੁਹਾਡਾ ਧਿਆਨ ਜ਼ਿਆਦਾ ਲੱਗੇਗਾ। ਤੁਸੀਂ ਹੁਣ ਇਸ ਕਮਾਲ ਦੀ ਫੋਟੋ ਨੂੰ ਦੇਖੋ। ਇਹ ਫੋਟੋ ਇੰਨੀ ਜ਼ਿਆਦਾ ਵਧੀਆ ਹੈ ਕਿ ਇਸ ਨੂੰ 2014 ਦੇ ਵਿੱਚ ਨੈਸ਼ਨਲ ਜੀਓਗ੍ਰਾਫੀ ਫੋਟੋਗ੍ਰਾਫ ਅਵਾਰਡ ਮਿਲਿਆ ਸੀ। ਇਸ ਫੋਟੋ ਨੂੰ ਦੇਖਣ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ 2 ਗ੍ਰਾਸ ਕੂਪਰ ਜਾਨੀ ਕਿ 2 ਟਿੱਡੇ ਨੱਚ ਰਹੇ ਹਨ ਤੇ ਉਹਨਾਂ ਦੇ ਚਿਹਰੇ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹ ਹੱਸ ਵੀ ਰਹੇ ਹਨ। ਤੁਸੀਂ ਹੁਣ ਇਸ ਵੀਡੀਓ ਨੂੰ ਦੇਖੋ। ਇਸ ਵੀਡੀਓ ਦੇ ਵਿੱਚ ਜਿਹੜੀ ਮਸ਼ੀਨ ਹੈ ਇਸ ਦਾ ਨਾਮ ਹੈ ਸੀ ਰੈਮ। ਇਹ ਮਸ਼ੀਨ ਜੇਕਰ ਇੱਕ ਵਾਰ ਕਿਸੇ ਜੈੱਟ ਜਾਂ ਕਹੀਏ ਜਹਾਜ਼ ਨੂੰ ਲੋਕੇਟ ਕਰ ਲਵੇ ਤਾਂ ਫਿਰ ਉਸ ਨੂੰ ਮਾਰ ਕੇ ਹੀ ਦਮ ਲੈਂਦੀ ਹੈ। ਇਹ ਇੱਕ ਵਾਰ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇੱਕ ਲੈਨ ਦੇ ਵਿੱਚ ਇੰਨੀਆਂ ਜ਼ਿਆਦਾ ਗੋਲੀਆਂ ਛੱਡਦੀ ਹੈ ਜਿਸ ਦੇ ਨਾਲ ਕੋਈ ਵੀ ਜੈੱਟ ਤਬਾਹ ਹੋ ਜਾਂਦਾ ਹੈ। ਹੁਣ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਸ ਤਰ੍ਹਾਂ ਕਰਕੇ ਤੁਸੀਂ ਆਪਣੇ ਫੋਨ ਦੀ ਰੇਡੀਏਸ਼ਨ ਨੂੰ ਚੈੱਕ ਕਰ ਸਕਦੇ ਹੋ। ਬਸ ਤੁਸੀਂ ਆਪਣੇ ਫੋਨ ਦੇ ਵਿੱਚ *#07# ਟਾਈਪ ਕਰੋ, ਉਸ ਤੋਂ ਬਾਅਦ ਤੁਹਾਨੂੰ ਕੁਝ ਨੰਬਰ ਦਿਖਾਈ ਦੇਣਗੇ। ਇਹ ਤੁਹਾਡੇ ਫੋਨ ਦੀ ਰੇਡੀਏਸ਼ਨ ਹੈ ਕਿ ਤੁਹਾਡਾ ਫੋਨ ਕਿੰਨੀ ਰੇਡੀਏਸ਼ਨ ਛੱਡ ਰਿਹਾ ਹੈ। ਜਦੋਂ ਤੁਹਾਡੇ ਫੋਨ ਦੀ ਬੈਟਰੀ ਲੋ ਹੁੰਦੀ ਹੈ ਜੇਕਰ ਉਦੋਂ ਤੁਸੀਂ ਕਿਸੇ ਨਾਲ ਕਾਲ ਤੇ ਗੱਲ ਕਰਦੇ ਹੋ ਤਾਂ ਉਸ ਸਮੇਂ ਤੁਹਾਡਾ ਫੋਨ ਸਭ ਤੋਂ ਜ਼ਿਆਦਾ ਰੇਡੀਏਸ਼ਨ ਛੱਡਦਾ ਹੈ। ਇਸ ਕਰਕੇ ਬੈਟਰੀ ਘੱਟ ਹੋਣ ਤੇ ਕਦੇ ਵੀ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਖਾਣਾ ਜਾਣੀ ਕਿ ਰੋਟੀ ਕਦੇ ਵੀ ਸਸਤੀ ਨਹੀਂ ਹੁੰਦੀ। ਕਈ ਲੋਕ ਮਿਹਨਤ ਕਰਦੇ ਹਨ ਆਪਣਾ ਪੇਟ ਭਰਨ ਲਈ ਤੇ ਕਈ ਲੋਕ ਖਾਣਾ ਪਚਾਉਣ ਦੇ ਲਈ ਮਿਹਨਤ ਕਰਦੇ ਹਨ। ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਮਿਹਨਤ ਕਰਨ ਤੋਂ ਬਾਅਦ ਵੀ ਸ਼ਾਮ ਨੂੰ ਆਪਣਾ ਢਿੱਡ ਬਹੁਤ ਮੁਸ਼ਕਲ ਦੇ ਨਾਲ ਭਰਦੇ ਹਨ। ਉੱਥੇ ਹੀ ਇਸ ਦੁਨੀਆ ਦੇ ਵਿੱਚ ਕਈ ਲੋਕ ਦਿਨ ਰਾਤ ਮਿਹਨਤ ਇਸ ਲਈ ਕਰਦੇ ਹਨ ਤਾਂ ਕਿ ਉਹ ਆਪਣੇ ਖਾਣੇ ਨੂੰ ਪਚਾ ਸਕਣ। ਤੁਹਾਡੇ ਨਾਲ ਵੀ ਅਜਿਹਾ ਕਈ ਵਾਰ ਹੋਇਆ ਹੋਵੇਗਾ ਜਦੋਂ ਤੁਸੀਂ ਇੱਕ ਕਮਰੇ ਤੋਂ ਦੂਜੇ ਕਮਰੇ ਦੇ ਵਿੱਚ ਕਿਸੇ ਕੰਮ ਲਈ ਜਾਂਦੇ ਹੋ ਪਰ ਦੂਜੇ ਕਮਰੇ ਦੇ ਵਿੱਚ ਜਾ ਕੇ ਤੁਸੀਂ ਭੁੱਲ ਜਾਂਦੇ ਹੋ ਕਿ ਤੁਸੀਂ ਕਿਸ ਕੰਮ ਲਈ ਇੱਥੇ ਆਏ ਸੀ। ਅਜਿਹਾ ਇਸ ਲਈ ਹੁੰਦਾ ਹੈ ਜਦੋਂ ਅਸੀਂ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਦੇ ਵਿੱਚ ਲੰਘਦੇ ਹਾਂ ਤਾਂ ਸਾਡਾ ਦਿਮਾਗ ਲੂਪਿੰਗ ਇਫੈਕਟ ਬਣਾਉਂਦਾ ਹੈ। ਇਸ ਲਈ ਅਸੀਂ ਆਪਣੇ ਕੰਮ ਨੂੰ ਭੁੱਲ ਜਾਂਦੇ ਹਾਂ ਤੇ ਕੁਝ ਹੋਰ ਸੋਚਣ ਲੱਗ ਜਾਂਦੇ ਹਾਂ। ਹੁਣ ਤੁਸੀਂ ਇਹ ਕਟਸ ਨੂੰ ਦੇਖੋ, ਇਹ ਕਟਸ ਇੰਨੇ ਪਰਫੈਕਟ ਹਨ ਕਿ ਇਹਨਾਂ ਦੇ ਅੰਦਰ ਜਾਣ ਤੋਂ ਬਾਅਦ ਪਤਾ ਵੀ ਨਹੀਂ ਲੱਗਦਾ ਕਿ ਇੱਥੇ ਕੋਈ ਕੱਟ ਸੀ। ਇਹਨਾਂ ਨੂੰ ਬਹੁਤ ਜ਼ਿਆਦਾ ਬਰੀਕੀ ਦੇ ਨਾਲ ਕੱਟਿਆ ਗਿਆ ਹੈ ਤੇ ਇਹ ਏਅਰ ਟਾਈਟ ਹੁੰਦੇ ਹਨ। ਇਹਨਾਂ ਨੂੰ ਇਸ ਕਿਸਮ ਦੀ ਕਟਿੰਗ ਮਸ਼ੀਨ ਦੇ ਨਾਲ ਬਣਾਇਆ ਜਾਂਦਾ ਹੈ ਕਿ ਜਿਹੜੀ ਇਸ ਦੇ ਵਿੱਚ ਤਾਰ ਹੁੰਦੀ ਹੈ ਉਹ ਸਾਡੇ ਬਾਲਾਂ ਤੋਂ ਵੀ 3 ਗੁਣਾ ਪਤਲੀ ਹੁੰਦੀ ਹੈ। ਇੱਕ ਲੜਕਾ ਪਨਾਮਾ ਦੇ ਜੰਗਲਾਂ ਦੇ ਵਿੱਚ ਭੇੜੀਆਂ ਦੇ ਝੁੰਡ ਦੇ ਵਿੱਚ ਘੁੰਮ ਰਿਹਾ ਸੀ ਤੇ ਉਹ ਆਪਣੇ 4 ਪੈਰਾਂ ਤੇ ਚੱਲ ਰਿਹਾ ਸੀ ਜਾਨਵਰਾਂ ਦੀ ਤਰ੍ਹਾਂ। ਇਸ ਲੜਕੇ ਨੂੰ ਰੈਸਕਿਊ ਕਰਨ ਤੋਂ ਬਾਅਦ ਇਸ ਦਾ ਨਾਮ ਡੀਨਾ ਰੱਖਿਆ ਗਿਆ। ਤੁਸੀਂ ਇਸ ਨੂੰ ਕਹਿ ਸਕਦੇ ਹੋ ਕਿ ਇਹ ਅਸਲੀ ਜ਼ਿੰਦਗੀ ਦਾ ਮੋਗਲੀ ਹੈ। ਇਸ ਤੋਂ ਬਾਅਦ ਇਸ ਨੂੰ ਇਨਸਾਨੀ ਭਾਸ਼ਾ ਸਿਖਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਇਹ ਕੁਝ ਕੁ ਸ਼ਬਦ ਹੀ ਸਿੱਖ ਸਕਿਆ। ਤੁਸੀਂ ਆਪਣੇ ਪੁਰਾਣੇ ਫੋਨ ਤੋਂ ਅਸਲੀ ਸੋਨਾ ਬਣਾ ਸਕਦੇ ਹੋ। ਹਾਂਜੀ, ਫੋਨ ਦੇ ਵਿੱਚ ਸੋਨਾ ਹੁੰਦਾ ਹੈ। ਇਸ ਨੂੰ ਅਸੀਂ ਤਾਂ ਨਹੀਂ ਕੱਢ ਸਕਦੇ ਪਰ ਇੱਕ ਕੰਪਨੀ ਹੈ ਜਿਹੜੀ ਹਰ ਸਾਲ ਟੁੱਟੇ ਫੁੱਟੇ ਫੋਨਾਂ ਦੇ ਵਿੱਚੋਂ 1000 ਟਨ ਸੋਨੇ ਨੂੰ ਬਾਹਰ ਕੱਢਦੀ ਹੈ। ਜੇਕਰ ਤੁਸੀਂ ਆਪਣੇ ਬੇਕਾਰ ਹੋ ਚੁੱਕੇ ਪੁਰਾਣੇ ਫੋਨ ਨੂੰ ਸਿੱਟਣਾ ਚਾਹੁੰਦੇ ਹੋ ਤਾਂ ਉਸ ਤੋਂ ਚੰਗਾ ਹੈ ਤੁਸੀਂ ਇਸ ਕੰਪਨੀ ਨੂੰ ਆਪਣੇ ਫੋਨ ਨੂੰ ਵੇਚ ਦਿਓ। ਤੁਸੀਂ ਕਰੀਮ ਦੇ ਪੈਕਟ ਦੇ ਵਿੱਚ ਥੱਲੇ ਅਜਿਹੀ ਸ਼ੇਪ ਜ਼ਰੂਰ ਦੇਖੀ ਹੋਵੇਗੀ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਜਦੋਂ ਇਹ ਕਰੀਮ ਬਣਦੀਆਂ ਹਨ ਤਾਂ ਇਸ ਨੂੰ ਬਣਨ ਤੋਂ ਬਾਅਦ ਜਦੋਂ ਪੈਕਿੰਗ ਦੇ ਲਈ ਭੇਜਿਆ ਜਾਂਦਾ ਹੈ, ਜਦੋਂ ਇਸ ਨੂੰ ਪੈਕ ਕੀਤਾ ਜਾਂਦਾ ਹੈ, ਇੱਕ ਖੁੱਲ੍ਹੀ ਟਿਊਬ ਹੁੰਦੀ ਹੈ ਤੇ ਫਿਰ ਇਸ ਟਿਊਬ ਨੂੰ ਹੀਟਰ ਦੇ ਨਾਲ ਕੱਟ ਕਰਕੇ ਪ੍ਰੈਸ ਕਰ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਇਸ ਦੀ ਅਜਿਹੀ ਸ਼ੇਪ ਬਣਦੀ ਹੈ। ਚਾਹ ਪੌਣੀ ਜਾਂ ਕਹੀਏ ਚਾਹ ਦੀ ਛਾਨੀ ਦੇ ਅੱਗੇ ਤੁਸੀਂ ਇਸ ਹਿੱਸੇ ਨੂੰ ਜ਼ਰੂਰ ਦੇਖਿਆ ਹੋਵੇਗਾ। ਇਸ ਦੇ 2 ਕੰਮ ਹੁੰਦੇ ਹਨ। ਪਹਿਲਾਂ ਅਸੀਂ ਚਾਹ ਬਣਾਉਂਦੇ ਸਮੇਂ ਇਸ ਨੂੰ ਚਾਹ ਦੀ ਪਤੀਲੀ ਦੇ ਉੱਪਰ ਟਿਕਾ ਸਕਦੇ ਹਾਂ। ਜੇਕਰ ਇਹ ਅੱਗੇ ਵਾਲਾ ਹਿੱਸਾ ਨਹੀਂ ਹੋਵੇਗਾ ਤਾਂ ਚਾਹ ਪੌਣੀ ਚਾਹ ਦੀ ਪਤੀਲੀ ਦੇ ਅੰਦਰ ਡਿੱਗ ਪਵੇਗੀ। ਦੂਜਾ ਇਸ ਦਾ ਕੰਮ ਇਹ ਹੈ ਕਿ ਇਸ ਨੂੰ ਬਣਾਉਂਦੇ ਸਮੇਂ ਮੈਟਲ ਨੂੰ ਪ੍ਰੈਸ ਕਰਕੇ ਇਸ ਨੂੰ ਬਣਾਇਆ ਜਾਂਦਾ ਹੈ। ਜੇਕਰ ਇਹ ਪਲਾਸਟਿਕ ਦੀ ਹੋਵੇ ਤਾਂ ਪਲਾਸਟਿਕ ਨੂੰ ਇਸ ਤਰ੍ਹਾਂ ਪ੍ਰੈਸ ਕਰਕੇ ਇਸ ਨੂੰ ਬਣਾਇਆ ਜਾਂਦਾ ਹੈ ਤੇ ਇਸ ਦੇ ਅੱਗੇ ਦੇ ਹਿੱਸੇ ਕਾਰਨ ਹੀ ਪ੍ਰੈਸ ਕਰਦੇ ਸਮੇਂ ਟੁੱਟਦੀ ਨਹੀਂ ਤੇ ਇਸ ਹਿੱਸੇ ਕਾਰਨ ਹੀ ਮੋਲਡ ਦੇ ਵਿੱਚੋਂ ਇਸ ਨੂੰ ਆਸਾਨੀ ਦੇ ਨਾਲ ਬਾਹਰ ਵੀ ਕੱਢਿਆ ਜਾਂਦਾ ਹੈ। ਇਹ ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੋਚਕਤਾ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ Facebook ਦੇ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।